ਸੋ ਹੈ ਗਾਇਸ ਵੈਲਕਮ ਬੈਕ ਟੂ ਅਵਰ YouTube ਚੈਨਲ ਇਸ ਵੀਡੀਓ ਵਿੱਚ ਤੁਹਾਨੂੰ ਅੱਜ ਸ਼ੇਅਰ ਕਰਨ ਵਾਲਿਆਂ ਤੁਸੀਂ iPhone ਦੇ ਵਿੱਚ CapCut ਐਪਲੀਕੇਸ਼ਨ ਕਿਸ ਤਰੀਕਾ ਨਾਲ ਡਾਊਨਲੋਡ ਕਰ ਸਕਦੇ ਹੋ App Store ਦੇ ਵਿੱਚ ਉਸ ਤੋਂ ਬਾਅਦ ਇਸ App Store ਨੂੰ ਓਪਨ ਕਰਨ ਤੋਂ ਬਾਅਦ ਤੁਸੀਂ ਆਪਣੀ ਪ੍ਰੋਫਾਈਲ ਤੇ ਕਲਿੱਕ ਕਰਨਾ ਹੈ ਆਪਣੀ ਜਿਹੜੀ Apple ID ਆ ਉਸ ਦੇ ਉੱਪਰ ਕਲਿੱਕ ਕਰ ਦੇਣਾ ਹੈ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੇ ਥੋੜਾ ਜਿਹਾ ਲੋਡਿੰਗ ਹੋਏਗਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਆਪਾਂ ਨੂੰ ਇੱਕ ਆਪਸ਼ਨ ਆਏਗੀ ਫੇਸ ਆਈਡੀ ਤੁਸੀਂ ਇੱਕ ਵਾਰ ਰਿਕੁਆਇਰ ਕਰ ਲੈਣੀ ਹੈ ਜਿਹੜੀ ਸੈੱਟ ਕਰ ਲੈਣੀ ਹੈ ਉਸ ਤੋਂ ਬਾਅਦ ਤੁਹਾਨੂੰ ਕੰਟਰੀ ਰੀਜਨ ਦੀ ਆਪਸ਼ਨ ਆਏਗੀ ਇਸ ਨੂੰ ਆਪਾਂ ਚੇਂਜ ਕਰਨਾ ਹੈ ਕੰਟਰੀ ਰੀਜਨ ਨੂੰ ਬੇਸਿਕਲੀ ਥੋੜਾ ਜਿਹਾ ਇਸ ਦੇ ਵਿੱਚ ਰੀਲੋਡਿੰਗ ਲਏਗਾ ਚੇਂਜ ਕੰਟਰੀ ਰੀਜਨ ਤੇ ਕਲਿੱਕ ਕਰਾਂਗੇ ਤੇ ਆਪਾਂ ਇੰਡੀਆ ਜੇ ਜੇਕਰ ਇੰਡੀਆ ਤੋਂ ਹਟਾ ਕੇ ਆਪਾਂ ਆਸਟ੍ਰੇਲੀਆ ਤੇ ਜਿਹੜਾ ਗਾਇ ਹੈ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਥੋੜੀ ਜਿਹੀ ਆਪਾਂ ਇਸ ਦੇ ਅੱਗੇ ਕੰਟਰੀ ਵਗੈਰਾ ਸਿਲੈਕਟ ਕਰਨੀ ਹੈ ਉਸ ਤੋਂ ਪਹਿਲਾਂ ਤੁਸੀਂ ਉੱਪਰ ਇੱਕ ਐਗਰੀ ਦੀ ਆਪਸ਼ਨ ਆ ਰਹੀ ਹੈ ਇਸ ਦੇ ਉੱਪਰ ਆਪਾਂ ਦੋ ਵਾਰ ਐਗਰੀ ਤੇ ਕਲਿੱਕ ਕਰਕੇ ਕਰ ਦੇਣਾ ਸਾਰੀਆਂ ਟਰਮਸ ਐਂਡ ਕੰਡੀਸ਼ਨ ਨੂੰ ਇੱਕ ਵਾਰ ਪਰਮਿਸ਼ਨ ਦੇ ਕੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਆਪਾਂ ਇੱਕ ਨਨ ਤੇ ਕਲਿੱਕ ਕਰ ਦੇਣਾ ਹੈ ਤੇ ਸਟਰੀਟ ਜਿਹੜੀ ਆਪਾਂ ਸਿਡਨੀ ਲਿਖ ਦੇਣੀ ਹੈ ਸਿੰਪਲ ਜੀ ਗੱਲ ਹੈ ਆਸਟ੍ਰੇਲੀਆ ਉਸ ਤੋਂ ਬਾਅਦ ਸਿਡਨੀ ਸਟਰੀਟ ਲਿਖਤੀ ਹੈ ਪੋਸਟ ਕੋਡ ਜਿਹੜਾ ਹੈਗਾ ਉਹ ਤੁਸੀਂ ਇੱਥੇ ਦੇਖ ਸਕਦੇ ਆਪਾਂ ਟਾਈਪ ਕੀਤਾ ਹੈ ਗਏ 6700 ਤੇ ਉਸ ਤੋਂ ਬਾਅਦ ਜਿਹੜਾ ਉਹ ਇਹ ਲੈ ਟਾਈਪ ਕਰਦੇ 1 2 3 4 5 6 7 8 9 ਇਹ ਸਿੰਪਲ ਆਪਾਂ ਟਾਈਪ ਕਰ ਟਾਈਪ ਕਰਤਾ ਤੇ ਉਸ ਤੋਂ ਬਾਅਦ ਆਪਾਂ ਨੈਕਸਟ ਬਟਨ ਤੇ ਆਪਾਂ ਕਲਿੱਕ ਕਰ ਦੇਵਾਂਗੇ ਉੱਪਰ ਦੇਖ ਸਕਦੇ ਜਿਹੜਾ ਨੈਕਸਟ ਦਾ ਬਟਨ ਹੈ ਉਸ ਇਹ ਯੂ ਇੱਕ ਚੀਜ਼ ਆਪਣੀ ਰਹਿ ਗਈ ਹੈ ਜਿਹੜੀ ਹੈਗੀ ਹੈ ਸਿਟੀ ਸਿਟੀ ਤੇ ਵੀ ਆਪਾਂ ਸਿਡਨੀ ਜਿਹੜਾ ਐਂਟਰ ਕਰ ਦੇਵਾਂਗੇ ਸਿੰਪਲੀ ਉਸ ਤੋਂ ਬਾਅਦ ਆਪਾਂ ਨੈਕਸਟ ਕਰਾਂਗੇ ਤਾਂ ਆਪਾਂ ਦੇਖ ਸਕਦੇ ਆਪਣੇ ਜਿਹੜਾ ਲੋਡਿੰਗ ਹੋਣਾ ਸਟਾਰਟ ਹੋ ਚੁੱਕਾ ਹੈ ਇਸ ਤੋਂ ਬਾਅਦ ਆਪਾਂ ਆਪਣੀ ਜਿਹੜੀ ਕੰਟਰੀ ਚੇਂਜ ਹੋ ਗਈ ਆ ਹੁਣ ਆਪਾਂ ਸਰਚ ਕਰਨਾ ਇੱਥੇ ਕੈਪਕਟ ਤੁਸੀਂ ਦੇਖ ਸਕਦੇ ਜਿਸ ਤਰੀਕੇ ਆਪਾਂ ਕੈਪਕਟ ਸਰਚ ਕੀਤਾ ਤੇ ਆਪਾਂ ਨੂੰ ਇੱਥੇ ਜਿਹੜਾ ਹੁਣ ਕੈਪਕਟ ਸ਼ੋ ਹੋਣ ਲੱਗ ਗਿਆ ਹੈ ਸ਼ੋ ਹਣ ਤੋਂ ਲੱਗਿਆ ਤੁਸੀਂ ਦੇਖ ਤਾਂ ਮੈਂ ਡਾਊਨਲੋਡ ਕਰਕੇ ਲਾਈਵ ਦਿਖਾਉਂਗਾ ਤੁਸੀਂ ਦੇਖ ਸਕਦੇ ਤੇ ਡਾਊਨਲੋਡ ਹੋਣਾ ਵੀ ਸਟਾਰਟ ਹੋ ਚੁੱਕਾ ਹੈ ਨੈਟ ਥੋੜਾ ਮੇਰਾ ਸਲੋ ਹੈ ਇਸ ਕਰਕੇ ਤੁਸੀਂ ਥੋੜਾ ਜਿਹਾ ਵੇਟ ਕਰੋ ਕਈ ਡਾਊਨਲੋਡ ਹੋ ਚੁੱਕਾ ਹੈ ਹੁਣ ਮੈਂ ਤੁਹਾਨੂੰ ਇਸ ਨੂੰ ਓਪਨ ਕਰਕੇ ਦਿਖਾ ਦਿੰਦਾ ਹਾਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਪਰਮਿਸ਼ਨਸ ਵਗੈਰਾ ਦੇ ਦੇਣੀਆਂ ਉਸ ਤੋਂ ਬਾਅਦ ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਵਰਕ ਕਰ ਸਕਦੇ ਹੋ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ ਚਾਹੁੰਦਾ ਕੁਝ ਵੀਰਾਂ ਦਾ ਕਮੈਂਟ ਆ ਰਹੇ ਸੀ ਕਿ ਇਹ iOS 16 ਵਰਜਨ ਤੇ ਜਿਹੜਾ ਇਹ ਰਨ ਨਹੀਂ ਕਰ ਰਿਹਾ ਕੈਪਕਟ ਕਿਸੇ ਵੀ ਤਰੀਕੇ ਨਾਲ ਡਾਊਨਲੋਡ ਨਹੀਂ ਹੋ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਆਪਣੇ ਆਈਫੋਨ ਦਾ ਜਿਹੜਾ ਵਰਜਨ ਹੈ ਉਹ ਤੁਹਾਨੂੰ ਚੈੱਕ ਕਰਾ ਦਿੰਦਾ 16.2 ਬਿਲਕੁਲ ਲੇਟੈਸਟ ਵਰਜਨ ਹੈ ਇਸ ਤੇ ਪ੍ਰੋਪਰਲੀ ਵਰਕ ਕਰ ਰਿਹਾ ਹੈ ਗਾਈਜ਼ ਅਗਰ ਵੀਡੀਓਧੀ ਲੱ